ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਨੂੰ ਸਵਾਗਤ ਹੈ ਆਪ ਸਭ ਦਾ ਤੁਹਾਡੇ ਆਪਣਾ YouTube ਚੈਨਲ Exam Fifth Town 'ਚ ਤਾਂ ਦੋਸਤੋ ਲੈ ਕੇ ਆ ਚੁੱਕੇ ਹਾਂ ਬਹੁਤ ਹੀ ਵੱਡੀ ਨਿਊਜ਼ ਜੀहां ਦੋਸਤੋ ਬਹੁਤ ਹੀ ਮੰਦਭਾਗੀ ਘਟਨਾ ਜੀहां ਦੋਸਤੋ ਅੰਮ੍ਰਿਤਸਰ ਤੋਂ ਆ ਰਹੀ ਹੈ ਨਿਊਜ਼ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਕਾਰਨ ਹੋਈ ਮੌਤ ਜੀहां ਦੋਸਤੋ ਮ੍ਰਿਤਕ ਵਿਦਿਆਰਥੀ ਦੀ ਪਛਾਣ ਪ੍ਰਦੀਪ ਸਿੰਘ ਵਜੋਂ ਹੋਈ ਠੰਡ ਕਾਰਨ ਵਿਗੜ ਗਈ ਸੀ ਵਿਦਿਆਰਥੀ ਦੀ ਹਾਲਤ ਜੀहां ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਹੁਣ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਉਸ ਦੇ ਬਾਵਜੂਦ ਵੀ ਸਕੂਲ ਖੁੱਲੇ ਨੇ ਠੀਕ ਹੈ ਬੱਚੇ ਸਕੂਲ 'ਚ ਜਾ ਰਹੇ ਨੇ ਇੰਨੀ ਠੰਡ ਵਿੱਚ ਵੀ ਤਾਂ ਸਰਕਾਰ ਨੇ ਇਸ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਲਿਆ ਹੈ ਕਿ ਠੰਡ ਕਾਰਨ ਬੱਚਿਆਂ ਦੀ ਛੁੱਟੀ ਹੋਣੀ ਚਾਹੀਦੀ ਹੈ ਇਹ ਨਹੀਂ ਤੇ ਸਿੱਖਿਆ ਮੰਤਰੀ ਨੇ ਕੱਲ ਹੀ ਐਲਾਨ ਕੀਤਾ ਸੀ ਕਿ ਛੁੱਟੀਆਂ ਨਹੀਂ ਹੋਣਗੀਆਂ ਕਿਉਂਕਿ ਬੱਚਿਆਂ ਕੋਲ ਬੱਚਿਆਂ ਦੀ ਪੜਾਈ ਇਸ ਸਾਲ ਬਹੁਤ ਘਟ ਹੋਈ ਹੈ ਕਿਉਂਕਿ ਹੜ੍ਹਾਂ ਕਾਰਨ ਵੀ ਛੁੱਟੀਆਂ ਕੀਤੀਆਂ ਗਈਆਂ ਸੀ ਤੇ ਪੇਪਰ ਵੀ ਹੁਣ ਲੋਕ ਸਭਾ ਚੋਣਾਂ ਦੇ ਕਾਰਨ 1 ਮਹੀਨੇ ਪਹਿਲਾਂ ਹੋ ਰਹੇ ਨੇ ਤਾਂ ਸਿੱਖਿਆ ਮੰਤਰੀ ਨੇ ਕਲੀਅਰ ਕਰ ਦਿੱਤਾ ਸੀ ਕਿ ਹੁਣ ਛੁੱਟੀਆਂ ਨਹੀਂ ਹੋਣਗੀਆਂ ਪਰ ਇਹ ਨਿਊਜ਼ ਨਿਕਲ ਕੇ ਆਈ ਹੈ ਜਿੱਥੇ ਅ ਠੰਡ ਕਾਰਨ ਬੱਚੇ ਦੀ ਮੌਤ ਹੋ ਗਈ ਹੈ ਤੇ ਕੀ ਇਹ ਸਹੀ ਹੈ ਜਾਂ ਫਿਰ ਗਲਤ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਦੇ ਸਕਦੇ ਹੋ ਤੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਛੁੱਟੀ ਹੋਣੀ ਚਾਹੀਦੀ ਹੈ ਜਾਂ ਨਹੀਂ ਤੇ ਮੇਰੇ ਹਿਸਾਬ ਨਾਲ ਛੁੱਟੀਆਂ ਜ਼ਰੂਰ ਹੋਣੇ ਚਾਹੀਦੀਆਂ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਹੀ ਜ਼ਿਆਦਾ ਤੇ ਕਮ ਤੋਂ ਕਮ 14 ਜਨਵਰੀ ਤੱਕ ਛੁੱਟੀ ਹੋਣੀ ਚਾਹੀਦੀ ਨੇ ਤੇ ਉਸ ਤੋਂ ਬਾਅਦ 15 ਜਨਵਰੀ ਤੋਂ ਬਾਅਦ ਮੌਸਮ ਮੇਵੀ ਸਹੀ ਹੋ ਜਾਏਗਾ ਹਨਾ ਮੋਡਰੇਟ ਮੌਸਮ ਹੋ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਸਕੂਲ ਲਗਾ ਸਕਦੇ ਹੋ ਤੇ ਪਰ ਇਹ ਬਹੁਤ ਮੰਦਵਾਹੀ ਘਟਨਾ ਦੇਖਣ ਨੂੰ ਮਿਲਿਆ ਜਿੱਥੇ ਠੰਡ ਕਾਰਨ ਬੱਚੇ ਦੀ ਮੌਤ ਹੋ ਗਈ ਹੈ ਤੇ ਬਹੁਤ ਹੀ ਜ਼ਿਆਦਾ ਮਤਲਬ ਮੰਦਭਾਗੀ ਘਟਨਾ ਹੈ ਤੇ ਅਸੀਂ ਇਸ ਦਿਨ ਹਿੰਦਾ ਕਰਦੇ ਹਾਂ ਤੇ ਸਰਕਾਰ ਨੂੰ ਅੱਗੇ ਬੇਨਤੀ ਕਰਦੇ ਹਾਂ ਕਿ ਵਿਦਿਆਰਥੀਆਂ ਲਈ ਕੋਈ ਜ਼ਰੂਰ ਫੈਸਲਾ ਲਵੇ ਕਿਉਂਕਿ ਇੰਨੇ ਠੰਡ 'ਚ ਸਕੂਲ ਜਾਣਾ ਆਸਾਨ ਨਹੀਂ ਹੈ ਕਿਉਂਕਿ ਬਿਕੋਜ਼ ਬਹੁਤ ਸਾਰੇ ਸਟੂਡੈਂਟ ਜੋ ਇੰਨੇ ਦੂਰ ਚੱਲ-ਚੱਲ ਕੇ ਆ ਫਿਰ ਬਾਈਕ ਤੇ ਮੋਟਰਸਾਈਕਲ ਜਾਂ ਸੋਰੀ ਸਕੂਲ ਜਾਂਦੇ ਨੇ ਤੇ ਉਹਨਾਂ ਲਈ ਬਹੁਤ ਦਿੱਕਤ ਹੈ ਠੰਡ 'ਚ ਸਕੂਲ ਜਾਣਾ ਤੇ ਸਰਕਾਰ ਇਸ ਦੇ ਖਿਲਾਫ ਜ਼ਰੂਰ ਕੋਈ ਨਾ ਕੋਈ ਐਕਸ਼ਨ ਲਵੇ ਤੇ ਕੋਈ ਵੀ ਜੋ ਅਪਡੇਟ ਆਵੇਗਾ ਉਸ ਦੇ ਰਿਗਾਰਡਿੰਗ ਤੁਹਾਨੂੰ ਸਭ ਤੋਂ ਪਹਿਲੇ ਚੈਨਲ ਤੇ ਇਨਫੋਰਮ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਰੂਰ ਲਾਈਕ ਕਰ ਦੇਣਾ ਤੇ ਆਪਣੇ ਫਰੈਂਡਸ ਨਾਲ ਜਰੂਰ ਸ਼ੇਅਰ ਕਰ ਦੇਣਾ ਤਾਂ ਚਲੋ ਜੀ ਮਿਲਦੇ ਹਾਂ ਨੇ ਅਪਡੇਟ ਨਾਲ